7 साल लव अफेयर चलने के बाद दोनों परिवारों की सहमति से शादी तय की गई। शादी समारोह 29 सितंबर को गीता भवन मंदिर में रखा गया। दूल्हा मंडप पर बैठी अपनी दुल्हन को लेने नहीं पहुंचा। दूल्हे की प्रतीक्षा करते करते जब लड़के का परिवार थक गया तो उन्होंने लड़के के परिवार से फोन पर संपर्क किया। उनका फोन स्विच ऑफ होने लगा। इसके बाद पीड़ित परिवार लड़के को साथ लेकर थाना सिटी में पहुंचा और दूल्हे के परिवार के खिलाफ शिकायत दर्ज करवाई। पुलिस को दी गई शिकायत में शहर के एक मोहल्ले में रहने वाले दुल्हन के पिता ने बताया कि उसकी बेटी की शादी संगलपुरा रोड निवासी रमन कुमार पुत्र प्रभात चांद के साथ 29 सितंबर को रखी गई थी। कठिनाई हुई है कि मैरिज ही हड्डी आज ते मतलब कि सारा कुछ मन्ने दा ही मतलब कि फोन ते गलबात सारी कुछ सही हो रही सारियां रस्मां होईयां कल तेल वगैरह सारा चढ़िया घर आया कपड़े गल लिया के दिते सारा कुछ प्रूफ भी हैगा मेरे को फोटो भी हैगियां सारा कुछ हैगा हुन भी मैनू सवेरे फोन आया कि मैं आ जाऊंगा तू टेंशन ना लै ते बाद विच हुन ए हो गया कि हुन अहीं इत्थे आया ते इत्थे आया ते उस तो बाद फोन चक्के नहीं करदा मेरा रिसीव नहीं करे करदा हाडी लव मैरिज है मतलब कि घर दे बनाए हैं पहला उहदी सिस्टर भी मैनू मिलदी गिलदी उहदी मम्मी नू सारा कुछ पता है मैं घर जांदी रही हाँ बाहर चले गए रही ना हुन आया उस तो बाद सारा करवा चौथ दा समान मैनू सारा कुछ दिंदे रहे आ सारा कुछ पता दी सिस्टर दीआं फोटोआं भी हैगीआं मेरे नाल सारा कुछ है मेरे नाल मेरा 7 साल हो गया 7 साल तो बाद इन्हें अपने घरदिआं नू भी कहा कि मैरिज करानी आ सारा कुछ पता दी मम्मी नू सारा पता दी सिस्टर नू भी सारा पता बस इहदे चाचा ही नहीं मनदे पे बाकी सारे मनदे मामा जी नू भी पता है इहदी मामे दे घर भी मैं गई हाँ 2-3 वारी इहदी नानी नू भी पता है सारिआं नू पता मेरे वल्लों पर ਇਹ ਮੁੰਡਾ ਮੰਨਦਾ ਮੁੰਡੇ ਨੂੰ ਆ ਨਹੀਂ ਦੇ ਕਰਦੇ ਹੈਗੇ ਮੇਰੀ ਇਹ ਮੰਗ ਹੈ ਕਿ ਮੈਂ ਉਹ ਵਿਆਹ ਕਰਵਾਉਣਾ ਉਹਦੇ ਨਾਲ ਹੀ ਕਰਵਾਉਣਾ ਉਹਨੂੰ ਇੱਥੇ ਆਉਣਾ ਚਾਹੀਦਾ ਮੇਰੀ ਸਿਸਟਰ ਨਾਲ ਗੱਲ ਇਹ ਹੋਈ ਹੈ ਕਿ ਸਾਰਾ ਕੁਛ ਸਹੀ ਚੱਲਦਾ ਆ ਰਿਹਾ ਸੀ ਅਸੀਂ ਸਾਰੇ ਖੁਸ਼ ਸੀ ਮੁੰਡਾ ਵੀ ਖੁਸ਼ ਸੀਗਾ ਅਤੇ ਸ਼ਗਨ ਹੋਇਆ ਰਸਮਾਂ ਸ਼ੁੱਕਰਵਾਰ ਤੇਲ ਚਾੜਿਆ ਆ ਇਹਨੂੰ ਮੁੰਡੇ ਨੂੰ ਵੀ ਚਾੜਿਆ ਕੁੜੀ ਨੂੰ ਵੀ ਚਾੜਿਆ ਆ ਸੋਹਣਾ ਬਣਾਏ ਦਾ ਸਾਰਾ ਹਰ ਇੱਕ ਚੀਜ਼ ਸ਼ੋਪਿੰਗ ਦੀਦੀ ਮੈਂ ਸਮਾਨ ਨਹੀਂ ਖਰੀਦ ਸਕਦਾ ਤੁਸੀਂ ਆਪੇ ਸਮਾਨ ਸਮੂਨ ਲੈ ਕੇ ਆਓ ਆਪਣੇ ਹੱਥੀਂ ਮੁੰਡੇ ਦਾ ਸਾਰਾ ਕੁਛ ਲੈ ਕੇ ਮੈਨੂੰ ਨਾਲ ਗਿਆ ਖਰੀਦ ਕੇ ਸਾਰਾ ਕੁਛ ਮੈਂ ਰੱਖਿਆ ਆ ਅਤੇ ਕਹਿੰਦਾ ਦੀਦੀ ਸਵੇਰੇ ਮੈਂ ਕਿਹਾ ਸਵੇਰੇ ਫਿਰ ਹੁਣ ਬਰਾਤ ਆ ਜਦੋਂ ਟਾਈਮ ਆ ਮੰਦਰ 'ਚ ਫੇਰੇ ਕਰਨਾ ਆ ਤਾਂ ਤੂੰ ਟਾਈਮ ਸਿਰ ਆ ਜਾਈਂ ਨਹੀਂ ਤਾਂ ਘਰ ਹੀ ਸਾਡੇ ਰਹਿ ਲਾ ਕਹਿੰਦਾ ਨਹੀਂ ਦੀਦੀ ਮੈਂ ਨਹਾ ਕੇ ਅਤੇ ਆ ਗਿਆ ਬਸ ਅਸੀਂ ਆਪਣੇ ਰਿਸ਼ਤੇਦਾਰ ਸਾਰੇ ਵਗੈਰਾ ਸੱਦ ਲਏ ਕੁੜੀ ਨੂੰ ਤਿਆਰ ਕਰਕੇ ਲਿਆਏ ਅਤੇ ਹੁਣ ਮੌਕੇ 'ਤੇ ਆ ਕੇ ਫੋਨ ਨਹੀਂ ਚੁੱਕਦਾ ਪਿਆ ਬਾਕੀ ਉਹਦੇ ਘਰ ਦੇ ਵੀ ਨਹੀਂ ਫੋਨ ਚੁੱਕ ਰਹੇ ਕਟਣਾ ਨਾਲ ਪਹਿਲਾਂ ਗੱਲਬਾਤ ਚੱਲਦੀ ਸੀ ਅਤੇ ਉਹ ਇੱਕ ਦੂਜੇ ਨਹੀਂ ਪਾ ਜਾਂਦੇ ਇਹਨਾਂ ਦੀ ਰਜਾਮੰਦੀ ਦੇ ਨਾਲ ਅਸੀਂ ਸਾਡੀ ਮੰਨ ਗਏ ਹਾਂ ਸਾਡੇ ਉਹ ਪ੍ਰੋਗਰਾਮ ਰਿਸ਼ਤੇ ਰਾਤ ਵੀ ਕੀਤੇ ਹੈ ਅਤੇ ਉਹ ਸਵੇਰੇ ਹੁਣ ਇਹ ਹੋਟਲ ਵੀ ਬੁੱਕ ਕਰਾਏ ਦਾ ਸੀ ਹਾਂਜੀ ਅਤੇ ਸਵੇਰੇ ਦਾ ਪ੍ਰੋਗਰਾਮ ਵੀ ਮੁੜ ਕੇ ਮੁੰਡਾ ਨਹੀਂ ਆ ਰਿਹਾ ਹੈਗਾ ਅਤੇ ਅਸੀਂ ਇੱਥੇ ਕਾਫੀ ਰਿਸ਼ਤੇਦਾਰ ਸਾਡੇ ਦੇ ਭੈਣ ਭਰਾ ਇੱਜ਼ਤ ਤਾਰ ਆ ਸਾਰੇ ਤੋਂ ਕੋਈ ਆ ਰਿਹਾ ਅਸੀਂ 11 ਵਜੇ ਤੋਂ ਵੇਟ ਕਰ ਰਹੇ ਹਾਂ इससे पहले 28 सितंबर को शगुन की रस्म अदा की गई। 29 सितंबर को गीता भवन मंदिर में शादी समारोह का कार्यक्रम रखा गया था। दूल्हा बारात लेकर नहीं पहुंचा। दूल्हे के परिवार का फोन भी स्विच ऑफ आ रहा है। इस संबंध थाना सिटी के पुलिस को शिकायत दर्ज करवा दी गई है। सर को कंप्लेंट आई है कि दीपिका डॉटर ऑफ नीलम कुमार नंगलपोरी ਅਤੇ ਇਹ ਲੜਕੀ ਦੀ ਅੱਜ ਸ਼ਾਦੀ ਸੀਗੀ ਕੱਲ੍ਹ ਇਹਨਾਂ ਦੀ ਦੂਜੀ ਰਸਮ ਵਗੈਰਾ ਸਾਰੀ ਹੋ ਚੁੱਕੀ ਸੀ ਇਹ ਕਹਿੰਦੇ ਕਿ ਉਹ ਜਿਹੜੇ ਲੜਕੇ ਵਾਲੇ ਅੱਜ ਸ਼ਾਦੀ 'ਤੇ ਦਿੱਤੇ ਉਹ ਟਾਈਮ 'ਤੇ ਉੱਥੇ ਪਹੁੰਚੇ ਹੈਗੇ ਗੀਤਾ ਭਵਨ ਮੰਦਿਰ 'ਚ ਇਹਨਾਂ ਦਾ ਅੱਜ ਸ਼ਾਦੀ ਦਾ ਪ੍ਰੋਗਰਾਮ ਸੀਗਾ ਅਤੇ ਲੜਕੇ ਵੱਲੋਂ ਜਿਹੜਾ ਕੋਈ ਵੀ ਆਇਆ ਨਹੀਂ ਨਾ ਲੜਕਾ ਨਾ ਕੋਈ ਮੈਸੇਜ ਆਇਆ ਉਹਨਾਂ ਦਾ ਤਾਂ ਨਾ ਹੀ ਕੋਈ ਉਹਨਾਂ ਦਾ ਹੁਣ ਫੋਨ ਵਗੈਰਾ ਵੀ ਚੁੱਕ ਰਿਹਾ ਅਤੇ ਇਹਨਾਂ ਨੂੰ ਇਹੀ ਆ ਕਿ ਸਾਡੇ ਨਾਲ ਇਹਨਾਂ ਨੇ ਜਿਹੜਾ ਵਾ ਕੋਈ ਧੋਖਾ ਜਾਂ ਕੁਛ ਕੀਤਾ ਹੈ ਉਹ ਵੈਰੀਫਾਈ ਕਰਨ ਡਿਆ ਜੋ ਵੀ ਇਹਨਾਂ ਨੇ ਬਾਕੀ ਸਟੇਟਮੈਂਟ ਲੈ ਰਹੇ ਆ ਅਤੇ ਉਹਦੇ ਅਕੋਰਡਿੰਗਲੀ ਜੋ ਬਣਦੀ ਕਾਰਵਾਈ ਕਰਾਂ ਜਿਹੜੀ ਪ੍ਰਾਈਮਰੀਲੀ ਸਾਨੂੰ ਪਤਾ ਲੱਗਾ ਵੀ ਇਹਨਾਂ ਦੇ 5-6 ਸਾਲ ਤੋਂ ਲੜਕੀ ਦਾ ਲੜਕੇ ਨਾਲ ਫੇਰ ਵਗੈਰਾ ਚੱਲ ਰਿਹਾ ਸੀ ਅਤੇ ਮੇ ਵੀ ਲੜਕੇ ਦੇ ਘਰ ਵਾਲਿਆਂ ਨੂੰ ਕੋਈ ਓਬਜੈਕਸ਼ਨ ਹੋਵੇ ਸਰ ਇਸ ਕਰਕੇ ਕੋਈ ਲੜਕੀ ਆ ਉਹ ਨੰਗਲਕੋਟਲੀ ਮਹੱਲੇ ਦੀ ਆ ਅਤੇ ਜਿਹੜਾ ਲੜਕਾ ਆ ਉਹ ਸੰਗਲਪੁਰਾ ਰੋਡ ਦਾ ਸ਼ਗਨ ਵਗੈਰਾ ਦੀਆਂ ਫੋਟੋਆਂ ਤਾਂ ਇਹਨਾਂ ਸਾਨੂੰ ਦਿਖਾਈਆਂ ਨੇ ਫੋਟੋਆਂ ਇਹਨਾਂ ਦੇ ਕੋਲ ਹੈਗੀਆਂ ਨੇ ਫੋਨ 'ਚ ਅਤੇ ਲੜਕਾ ਤਾਂ ਇਹਨਾਂ ਦੇ ਮੁਤਾਬਕ ਲੜਕਾ ਸਹਿਮਤੀ ਹੈ ਪਰ ਉਹ ਲੜਕਾ ਇਹਨਾਂ ਦਾ ਫੋਨ ਨਹੀਂ ਚੁੱਕ ਰਿਹਾ
थाना सिटी के SHO कुलवंत सिंह का कहना है कि लड़की के परिवार ने दूल्हे और उसके परिवार के खिलाफ शिकायत दर्ज की है। शिकायत के आधार पर उन्होंने दूल्हे के घर में जाकर जब छापेमारी की तो दूल्हे के घर पर ताला लगा हुआ है, दूल्हा परिवार सहित गायब है। मामले की छानबीन करने के बाद दूल्हे के परिवार को हिरासत में लेकर सख्त कार्रवाई की जाएगी। गुरदासपुर से न्यूज़ के लिए सुखजिंदर कुमार की रिपोर्ट।